ਦੇਖੋ ਕੁਝ ਦਿਨ ਪਹਿਲਾਂ ਹੀ ਮੈਂ ਪਾਰਟੀ ਸ਼ਾਮਿਲ ਹੋਇਆ ਸੀ, ਉਹਦੇ ਬਾਵਜੂਦ ਵੀ ਅਸੀਂ ਸਾਡੇ ਵਲੰਟੀਅਰਸ ਨੇ, ਪਾਰਟੀ ਦੀ ਲੀਡਰਸ਼ਿਪ ਨੇ ਬਹੁਤ ਜ਼ੋਰ ਲਾਇਆ, ਬੜੀ ਮਿਹਨਤ ਕੀਤੀ, ਪਰ ਰਿਜ਼ਲਟ ਸਾਡੇ ਹੱਕ 'ਚ ਨਹੀਂ ਆਇਆ। ਮੁੱਖ ਮੰਤਰੀ ਸਾਬਕਾ ਚਰਨਜੀਤ ਚੰਨੀ ਵੱਡਾ ਚਿਹਰਾ ਸੀ, ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਆ। ਅਤੇ ਕੋਈ ਗੱਲ ਨਹੀਂ, ਜਿੱਥੇ ਕਿਤੇ ਸਾਡੀਆਂ ਕਮੀਆਂ ਪੇਸ਼ੀਆਂ ਨੂੰ ਅਸੀਂ ਦੂਰ ਕਰਾਂਗੇ, ਸਰਕਾਰ 'ਚ ਜਿਹੜੇ ਕੋਈ ਕੰਮ ਹੋਣ ਵਾਲੇ ਉਹਨੂੰ ਕਰਾਂਗੇ। ਸੀਐਮ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਹੁਣ ਡਟ ਕੇ ਸਾਰੇ ਇਕੱਠੇ ਹੋ ਕੇ ਅਗਲੀ 27 ਦੀ ਤਿਆਰੀ ਕਰਾਂਗੇ। ਕਿੰਨੀ ਜੀ, ਜਿਹੜਾ ਅੱਜ ਮੀਟਿੰਗ ਹੋਈ ਹੈ, ਅੱਜ ਦੀ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ? ਕਿਉਂਕਿ MLA ਦੀਆਂ ਕਾਫੀ ਪ੍ਰੋਬਲਮ ਇਹ ਰਹਿੰਦੀਆਂ ਸੀ ਕਿ ਸਾਡੀ ਪ੍ਰਸ਼ਾਸਨ ਨਹੀਂ ਸੁਣ ਰਿਹਾ, ਜਾਂ ਕਹਿੰਦੇ ਕਿ ਸਿੱਧੇ ਤੌਰ ਤੇ ਸਾਡੀ ਚੱਲਦੀ ਨਹੀਂ ਗੀ। ਉਹ ਤਾਂ ਕੋਈ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਅਕਾਲੀ ਦਲ ਦੀ ਹੋਵੇ, ਇਹ ਚੀਜ਼ਾਂ ਤਾਂ ਨੋਰਮਲ ਹੁੰਦੀਆਂ ਹੀ ਆ ਹਮੇਸ਼ਾ ਜੀ। ਤੇ ਲੇਕਿਨ ਓਵਰਆਲ ਲੋਕੀ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਬਿਜਲੀ ਦੇ ਬਿੱਲਾਂ ਤੋਂ ਬੜੇ ਖੁਸ਼ ਨੇ। ਇਸੇ ਕਰਕੇ ਫਰਕ ਕਿੰਨਾ ਦੇਖੋ, ਸਿਰਫ 29,000 ਵੋਟਾਂ ਦਾ ਫਰਕ ਆ, 26 point something ਵੋਟਾਂ ਸਾਨੂੰ ਪਈਆਂ ਆਮ ਆਦਮੀ ਪਾਰਟੀ ਨੂੰ, 26 point something ਵੋਟਾਂ ਕਾਂਗਰਸ ਨੂੰ ਪਈਆਂ, ਸਿਰਫ 29,000 ਵੋਟਾਂ, ਯਾਨੀ ਇੱਕ ਵਿਧਾਨ ਸਭਾ ਸੀਟ ਦਾ ਫਰਕ ਹੈ। ਉਹ ਵੀ ਕਿਉਂਕਿ ਲੋਕਾਂ ਨੇ, ਪੰਜਾਬ ਦੇ ਲੋਕ BJP ਤੋਂ ਡਰੇ ਹੋਏ ਸੀ, ਇਹ ਸੈਕੂਲਰ DN ਵਾਲਾ ਸਟੇਟ ਹੈ, ਸੋ BJP ਤੋਂ ਡਰਦਿਆਂ ਆਮ ਆਦਮੀ ਪਾਰਟੀ ਤੋਂ ਬੇਸ਼ੱਕ ਲੋਕੀ ਖੁਸ਼ ਨੇ, ਸੈਟਿਸਫਾਈਡ ਨੇ, ਪਰ ਨੈਸ਼ਨਲ ਲੈਵਲ ਤੇ ਉਹ ਕਾਂਗਰਸ ਨੂੰ ਵੋਟ ਕਰ ਗਏ ਕਈ ਲੋਕ। ਕੋਈ ਗੱਲ ਨਹੀਂ, BJP ਨੂੰ ਵੀ ਉਹ ਜਿਹੜੇ 400 ਪਾਰ ਦੀਆਂ ਗੱਲਾਂ ਕਰਦੇ ਸੀ ਬੜੀ ਹੈਂਕੜਬਾਜ਼ੀ ਵਾਲੀਆਂ, ਉਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਕਿਸ ਤਰ੍ਹਾਂ ਸੋਚਦੇ ਆ। ਤੇ ਅਸੀਂ ਸਾਰੇ ਕੰਮ ਹੁਣ ਲੋਕਾਂ ਦੇ ਜਿਹੜੇ ਕੋਲ ਰਹਿ ਗਏ ਕੰਮ, ਦੀ ਇਲੈਕਸ਼ਨ ਆ ਗਈ ਹੈਗੀ, ਅਗਲੇ ਮਹੀਨੇ ਚੋਣਾਂ ਹੋਣ ਵਾਲੀਆਂ ਨੇ, ਉੱਥੇ ਹੁਣ ਕੀ ਤਿਆਰੀ ਹੈ, ਕਿਉਂਕਿ ਪਾਰਟੀ ਨੇ ਹੁਣ ਤਾਂ ਇੱਕ ਵਿਧਾਨ ਸਭਾ ਤੇ ਲਾਣਾ ਹੈਗਾ? ਹਾਂਜੀ, ਉਸ ਸੰਬੰਧੀ ਕੋਈ ਮੀਟਿੰਗ 'ਚ ਗੱਲਬਾਤ ਨਹੀਂ ਹੋਈ, ਉਹਦੀ ਕੋਈ ਅਲੱਗ ਮੀਟਿੰਗ ਕਰਨਗੇ, ਹਾਲੇ ਤਾਂ ਇਹ ਪਾਰਲੀਮੈਂਟ ਵਿੱਚ ਜਿਸ ਤਰ੍ਹਾਂ ਇਲੈਕਸ਼ਨ ਚੱਲੀ ਆ ਉਹਦੇ ਬਾਰੇ ਗੱਲ। ਪਰ ਜਿੱਥੇ ਦੇਖੋ, ਉਹ ਤਾਂ ਸੰਗਰੂਰ ਦੀ ਸੀਟ ਆਮ ਆਦਮੀ ਪਾਰਟੀ ਨੇ ਵੀ 1,70,000 ਤੋਂ ਉੱਪਰ ਜਿੱਤੀ ਹੈ, ਇਹ ਠੀਕ ਹੈ। ਕਾਂਗਰਸ ਦੇ ਉਮੀਦਵਾਰ ਬਾਹਰੋਂ ਸੀ, ਪਰ ਉਹਦੇ ਬਾਵਜੂਦ ਵੀ ਲੋਕਾਂ ਨੇ ਉਹਨੂੰ ਚੁਣਿਆ, ਤੇ ਲੋਕਾਂ ਦਾ, ਜਨਤਾ ਜਨਾਰਦਨ ਦਾ ਫੈਸਲਾ ਮਨਜ਼ੂਰ ਕਰਨਾ ਚਾਹੀਦਾ, ਅਸੀਂ ਮਨਜ਼ੂਰ ਕੀਤਾ, ਸਿਰ ਝੁਕਾ ਕੇ ਕਰਦੇ ਹਾਂ। ਅੱਜ ਕਾਰਨ ਕੀ ਸਾਹਮਣੇ ਆਇਆ ਜੀ, ਜਦੋਂ ਇਸ ਚੀਜ਼ ਨੂੰ ਲੈ ਕੇ ਮੁਲਾਂਕਣ ਕੀਤਾ ਹੋਏਗਾ ਕਿ ਹਾਰ ਦੇ ਇਹ ਕਾਰਨ ਰਹੇ ਆ, ਉਹਨਾਂ ਚੋਂ ਕਿਹੜੇ ਕਾਰਨ ਇੱਕ ਦੋ ਤੁਹਾਨੂੰ ਲੱਗਦੇ ਕਿ ਜਿਹੜੇ ਹਾਰ ਦੇ ਕਾਰਨ ਰਹੇ? ਦੇਖੋ, ਇਹ ਸਟੇਟ ਦੇ ਉੱਤੇ ਤਾਂ ਕੋਈ ਕਾਰਨ ਨਹੀਂ, ਸਰਕਾਰ ਦੇ ਉੱਤੇ ਕੋਈ ਕਾਰਨ ਨਹੀਂ, ਲੋਕਾਂ ਨੇ ਸਿਰਫ BJP ਨੂੰ ਹਰਾਉਣ ਵਾਸਤੇ ਬਈ ਆਮ ਪਾਰਟੀ ਨੂੰ ਵੋਟ ਪਾਇਆ, ਕਿਤੇ ਵੋਟ ਡਿਵਾਈਡ ਨਾ ਹੋ ਜਾਏ, ਡਿਵੀਜ਼ਨ ਨਾ ਹੋ ਜਾਏ, ਇਸ ਕਰਕੇ ਕਾਂਗਰਸ ਨੂੰ ਵੋਟ ਕਰ ਦਿੱਤੀ ਪੰਜਾਬ 'ਚ, ਇਸ ਕਰਕੇ ਉਹ ਜਿੱਤ ਗਿਆ। ਉਹ ਫਰਕ ਵੀ ਜ਼ਿਆਦਾ ਨਹੀਂ, ਜਲੰਧਰ 'ਚ ਵੀ ਇਸੇ ਤਰ੍ਹਾਂ ਹੀ ਹੋਇਆ, ਜਲੰਧਰ 'ਚ ਵੀ ਇਸੇ ਤਰ੍ਹਾਂ ਹੋਇਆ, ਕਿਉਂਕਿ ਸ਼ਹਿਰਾਂ ਵਿੱਚ ਮੰਦਿਰ ਦਾ, ਮੋਦੀ ਦਾ ਥੋੜ੍ਹਾ ਬਹੁਤ ਅਸਰ ਸੀ, ਪਰ ਫਿਰ ਵੀ ਪੰਜਾਬ ਜਿਹੜੀ ਹੈ ਸੈਕੂਲਰ ਸਟੇਟ ਆ, ਸਾਰੇ ਭਾਈਚਾਰੇ ਇੱਥੇ ਆਪਸ ਵਿੱਚ ਮਿਲ ਬੈਠ ਕੇ ਭਾਈਚਾਰਕ ਸਾਂਝ ਨਾਲ ਰਹਿੰਦੇ ਆ, ਇਲੈਕਸ਼ਨ ਆਉਂਦੀ ਹੈ, ਇਲੈਕਸ਼ਨ ਚਲੇ ਜਾਂਦੀ ਹੈ, ਪਰ 9 ਵਿਧਾਨ ਸਭਾ 'ਚ ਇੱਕ ਵੀ ਵਿਧਾਨ ਸਭਾ ਨਹੀਂ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਹੈ ਜੀ, ਹਰ ਵਿਧਾਨ ਸਭਾ BJP ਜਾਂ ਕਾਂਗਰਸ ਦੇ ਹਿੱਸੇ ਗਈ ਹੈ। ਕੋਈ ਗੱਲ ਨਹੀਂ, ਇਹ ਪਾਰਲੀਮੈਂਟ ਵਿੱਚ ਲੋਕ ਹੋਰ ਨਜ਼ਰੀਏ ਨਾਲ ਵੋਟਾਂ ਪਾਉਂਦੇ ਆ,
ਵਿਧਾਨ ਸਭਾ ਚ ਹੋਰ ਨਜ਼ਰੀਏ ਨਾਲ ਪਾਉਂਦੇ ਆ, ਸਰਪੰਚੀ ਚ ਹੋਰ ਤਰੀਕੇ ਨਾਲ ਵੋਟ ਪਾਉਂਦੇ ਆ। ਵੋਟ ਪਾਉਣ ਦਾ ਹਰ ਅਲੱਗ ਅਲੱਗ ਨਜ਼ਰੀਆ ਹੁੰਦਾ ਲੋਕ, ਠੀਕ ਸਰ, ਸਾਨੂੰ ਮਨਜ਼ੂਰ ਆ ਲੋਕਾਂ ਦਾ ਫੈਸਲਾ।